Sí. ਸਤਿ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਇਹਦੇ ਬਾਰੇ ਦੱਸੋ। ਮੈਂ ਜੀ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਆਇਆ ਕਿ ਜਿਹੜੀ ਸਾਡੇ ਹਲਕਾ ਜਲੰਧਰ ਦੀ ਜਿਹੜੀ ਚੋਣ ਹੈ ਬੜੀ ਪੂਰਨ ਮਨ ਸ਼ਾਂਤੀ ਨਾਲ ਹੋਈ, ਇਸ ਕਰਕੇ ਮਹਾਰਾਜ ਦਾ ਸ਼ੁਕਰਾਨਾ ਕਰਨਾ। ਸਰ ਐਗਜੈਕਟ ਬੋਲੋ, ਤੁਸੀਂ ਕੈਸਾ ਮੰਨਦੇ ਹੋ? ਇਹ ਤਾਂ ਹੁਣ ਵਾਹਿਗੁਰੂ ਕੱਲ੍ਹ ਨੂੰ ਦੱਸੂਗਾ ਐਗਜੈਕਟ ਬੋਲ ਠੀਕ ਆ ਕਿ ਗਲਤ ਆ। ਵੈਸੇ ਮੈਂ ਸਭ ਨਾਲ ਤਕਰੀਬਨ ਤਕਰੀਬਨ ਮੈਨੂੰ ਬਾਹਰੋਂ ਵੀ ਬਹੁਤ ਸਾਰੇ ਲੋਕਾਂ ਦੇ ਟੈਲੀਫੋਨ ਆ ਰਹੇ ਨੇ ਵੀ ਇਹ ਜਲੰਧਰ ਸੀਟ ਕਲੀਅਰ ਹੀ ਹੋਈ, ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ ਜਾਏਗੀ। ਅਕਾਲੀ ਭਾਜਪਾ ਨੂੰ ਉਹਦੇ ਵਿੱਚ ਆਪਣੀ ਜੀ ਮੈਂ ਸਮਝਣਾ ਕਿ ਇਹ ਨਹੀਂ ਹੋਰ ਵੀ ਹੈਰਾਨੀਜਨਕ ਨਤੀਜੇ ਨਿਕਲ ਕੇ ਸਿਰਫ 5 ਸੀਟਾਂ ਨਹੀਂ ਬਲਕਿ ਹੋਰ ਵੀ ਬਹੁਤ ਸਾਰੀਆਂ ਸੀਟਾਂ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨੂੰ ਪਾਏਗੀ, ਕਿਉਂਕਿ ਮੈਂ ਲੋਕਾਂ ਵਿੱਚ ਜਿਹੜਾ ਉਤਸ਼ਾਹ ਵੇਖਿਆ ਸ਼ਹਿਰੀ ਲੋਕਾਂ 'ਚ ਔਰ ਪੇਂਡੂ 'ਚ ਤਾਂ ਪਹਿਲਾਂ ਵੀ ਹੁੰਦਾ ਪੇਂਡੂ ਖੇਤਰ ਵਿੱਚ, ਸ਼ਹਿਰੀ ਖੇਤਰਾਂ ਵਿੱਚ ਜੋ ਮੈਂ ਸਮਝਦਾ ਕਿ ਉਤਸ਼ਾਹ ਮੈਂ ਵੇਖਿਆ ਮੋਦੀ ਸਰਕਾਰ ਦਾ, ਮੋਦੀ ਦੀ ਦੁਬਾਰਾ ਸਰਕਾਰ ਲਿਆਉਣ ਦਾ ਬਹੁਤ ਵੱਡਾ ਲੋਕਾਂ ਦੇ ਮਨਾਂ ਵਿੱਚ ਸ਼ਹਿਰੀਆਂ ਦੇ ਉਤਸ਼ਾਹ ਸੀ ਔਰ ਨਾਲ ਹੀ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਵੀ ਖਾਸ ਕਰਕੇ ਪਿੰਡਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਿ ਸਰਕਾਰ ਦੇ ਖਿਲਾਫ ਗੁੱਸਾ ਵੀ ਸੀ, ਕਿਉਂਕਿ ਉਹਨੇ ਝੂਠ ਬੋਲ ਕੇ ਕਿ ਮੈਂ ਕਿਸਾਨ ਸਾਰੇ ਕਿਸਾਨਾਂ ਨੂੰ ਸਾਰੇ ਕਿਸਾਨਾਂ ਦਾ ਕਰਜ਼ਾ ਜਿਹੜਾ ਚਾਹੇ ਉਹ ਆੜ੍ਹਤੀ ਦਾ ਹੈ ਚਾਹੇ ਕੋਆਪਰੇਟਿਵ ਬੈਂਕ ਦਾ ਹੈ ਚਾਹੇ ਨੈਸ਼ਨਲਾਈਜ਼ਡ ਬੈਂਕ ਦਾ, ਇਹ ਸਾਰੇ ਦਾ ਸਾਰਾ ਸਾਰਿਆਂ ਦਾ ਕਰਜ਼ਾ ਮਾਫ਼ ਕਰਾਂਗਾ। ਪਛੜੇ ਵਰਗ ਦੇ ਲੋਕਾਂ ਨੂੰ ਇਹ ਕਹਿ ਕੇ ਕਿ ਤੁਹਾਨੂੰ ਜਿੱਥੇ ਬਾਅਦ ਲੱਗੇ 15,000 ਰੁਪਏ ਬੱਚੀ ਦਾ ਸ਼ਗਨ ਦਿੰਦਾ ਮੈਂ 55,000 ਦਿਆਂਗਾ, ਔਰ ਜਿੱਥੇ ਇਹ ਕਹਿ ਕੇ ਕਿ ਤੁਹਾਨੂੰ ਸਭ ਅੱਗੇ ਆਟਾ ਦਾਲ ਹੀ ਦਿੰਦਾ ਬਾਦਲ ਮੈਂ ਤੁਹਾਨੂੰ ਦੁੱਧ ਘਿਓ ਚਾਹ ਪੱਤੀ ਵੀ ਦਿਆਂਗਾ, ਯੂਥ ਨੂੰ ਇਹ ਕਹਿਣ ਲੱਗਾ ਕਿ ਤੁਹਾਨੂੰ ਘਰ ਘਰ ਨੌਕਰੀ ਦਿਆਂਗੇ, ਠੀਕ ਹੈ ਜਿਨ੍ਹਾਂ ਨੂੰ ਨੌਕਰੀ ਨਾ ਦਿੱਤੀ ਗਈ ਉਹਨਾਂ ਨੂੰ 2,500 ਰੁਪਇਆ ਭੱਤਾ ਦਿਆਂਗੇ, ਔਰ ਬਜ਼ੁਰਗਾਂ ਨੂੰ ਇਹ ਕਹਿਣਗੇ ਕਿ ਤੁਹਾਨੂੰ ਹੁਣ ਤਾਂ 500-600 ਰੁਪਇਆ ਮਿਲਦਾ ਮੈਂ ਤੁਹਾਨੂੰ 2,500 ਰੁਪਇਆ ਭੱਤਾ ਦਿਆਂਗਾ ਪੈਨਸ਼ਨ ਦਿਆਂਗਾ। ਇਸ ਲਈ ਸਾਰੇ ਵਰਗਾਂ ਨੂੰ ਉਹਨੇ ਗਵਰਾਹ ਕੀਤਾ ਔਰ ਕੋਈ ਕੰਮ ਵੀ ਨਹੀਂ ਉਹਨੇ ਚਾੜਿਆ, ਸਿਰੇ ਨਹੀਂ ਚਾੜਿਆ ਕਿ ਤੋਰਿਆ ਹੀ ਨਹੀਂ ਬਲਕਿ ਸਾਰੇ ਕੰਮਾਂ 'ਚੋਂ ਫੇਲ ਹੋਇਆ। ਇਸ ਕਰਕੇ ਲੋਕਾਂ ਦੇ ਮਨਾਂ ਵਿੱਚ ਇਹ ਲੋਕਲ ਤੌਰ 'ਤੇ ਵੀ ਪੰਜਾਬ ਸਰਕਾਰ ਦੇ ਖਿਲਾਫ ਗੁੱਸਾ ਸੀ, ਤੋ ਇਸ ਕਰਕੇ ਮੈਂ ਸਮਝਣਾ ਕਿ ਜਲੰਧਰ ਦੀ ਸੀਟ ਔਰ ਪੰਜਾਬ ਦੀਆਂ ਹੋਰ ਵੀ ਬਹੁਤ ਸਾਰੀਆਂ ਸੀਟਾਂ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਜਾਣਗੇ। ਤਾਂ ਗਲਤ ਕਹਿੰਦਾ ਦਰਅਸਲ ਉਹ ਫਰਸਟ੍ਰੇਟਡ ਆ, ਉਹ ਫਰਸਟ੍ਰੇਟਡ ਹੋਣ ਕਰਕੇ ਉਹ ਕਾਂਗਰਸ ਨਾਲ ਵੀ ਲੜੀ ਜਾਂਦਾ, ਸਾਡੇ ਖਿਲਾਫ ਵੀ ਕਹੀ ਜਾਂਦਾ, ਕਾਂਗਰਸ ਦੇ ਖਿਲਾਫ ਵੀ ਕਹੀ, ਇਸ ਕਰਕੇ ਉਹਦੀ ਆਪਣੀ ਮੈਂ ਨਹੀਂ ਉਹਦੇ ਬਾਰੇ ਵਿੱਚ ਕਹਿਣਾ ਚਾਹੁੰਦਾ।